ਕਹਿਣਾ ਚਾਹੋਗੇ ਅੱਜ ਦੀ ਜ਼ਿਮਨੀ ਚੋਣਾਂ ਬਾਰੇ ਤੁਸੀਂ? ਜ਼ਿਮਨੀ ਚੋਣਾਂ ਦਾ ਬਹੁਤ ਖੁਸ਼ੀ ਨਾਲ ਭਰ ਰਹੇ ਜੀ ਲੋਕ, ਵਧੀਆ ਸਾਹ ਨਾਲ ਆਏ ਆ ਸਾਰੇ। ਪੋਲਿੰਗ ਬੂਥ 'ਤੇ ਦੇਖ ਲਓ ਜੀ, ਅੰਦਰ ਵੀ ਜਾ ਰਿਹਾ ਲੋਕ। ਥੋੜ੍ਹੇ ਸਮੇਂ ਜੀ ਭੈਣ ਜੀ ਦਾ ਬਹੁਤ ਨਾਂ ਉੱਭਰ ਕੇ ਆਇਆ ਜੀ, ਸਾਰੀ ਸੰਗਤਾਂ ਪਿਆਰ ਦੇ ਰਹੀਆਂ ਜੀ ਹਰ ਪਿੰਡ ਦੇ ਵਿੱਚ ਜਾ ਕੇ, ਅਤੇ ਪੂਰੇ ਚਾਹ ਨਾ ਪਾ ਰਿਹਾ। ਕੰਮ ਦੇ ਬਾਵਜੂਦ ਵੀ ਲੋਕ ਬੜੀ ਸ਼ਰਧਾ ਨਾਲ, ਪ੍ਰੇਮ ਨਾਲ, ਭਾਵਨਾ ਨਾਲ ਆ ਰਹੇ ਆ ਜੀ। ਅਸਾਂ ਕੀ ਕਹਿਣਾ ਚਾਹੋਗੇ, ਜਿਵੇਂ ਇੱਥੇ ਅੱਡੋ ਅੱਡੀ ਪਾਰਟੀਆਂ ਆਪਣਾ ਦਾਅਵਾ ਕਰਦੀਆਂ ਨੇ ਕਿ ਉਹ ਬਠਿੰਡੇ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ, ਤਾਂ ਤੁਸੀਂ ਕੀ ਕਹੋਗੇ? ਉਹ ਵੀਰ ਜੀ ਸਾਰਿਆਂ ਦਾ ਅਧਿਕਾਰ ਆ, ਸਾਰੇ ਦਾਅਵਾ ਕਰਦੇ ਆ, ਪਰ ਅਸੀਂ ਆਪਦਾ ਆਪ ਦਾਅਵਾ ਕਰਦੇ ਆ। ਸਾਰਿਆਂ ਦੇ ਪੂਲਿੰਗ ਬੂਥ 'ਤੇ ਦੇਖ ਲਓ ਜੀ, ਸਾਰਿਆਂ ਨੂੰ ਵੱਧ ਸਾਡੇ ਬੈਠੇ ਆ ਜੀ ਸਿੰਘ, ਅਤੇ ਅਸੀਂ ਚੜ੍ਹਦੀ ਕਲਾ ਨਾਲ ਪੂਰੇ ਸਮਰਥਨ ਨਾਲ ਜਿੱਤ ਪ੍ਰਾਪਤ ਕਰਾਂਗੇ ਜੀ। ਅੱਛਾ, ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਕਿ ਇੱਕ ਪਾਸੇ ਸਿਮਰਜੀਤ ਮਾਨ ਜੀ ਖੜ੍ਹੇ ਹੋਏ ਨੇ, ਹੈ ਨਾ ਜੀ, ਉਹ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ ਜੀ ਜੀ ਜੀ, ਤਾਂ ਦੂਜੇ ਪਾਸੇ ਭੈਣ ਕਮਲਜੀਤ ਵੀ ਹੈਗੇ ਜੀ ਜੀ, ਮਤਲਬ ਸਿੱਖੀ ਇਤਿਹਾਸ ਨਾਲ ਜੁੜੇ ਨੇ ਜੀ ਜੀ ਜੀ, ਪਰ ਇਹਨਾਂ 'ਚੋਂ ਇੱਕ ਜਿਹੜੇ ਚੋਣ ਲੜਨੀ ਚਾਹੀਦੀ ਸੀ ਵੱਖ ਵੱਖ ਤਰ੍ਹਾਂ ਦੇ? ਉਹ ਜੀ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰੀ ਸੀ, ਬਜ਼ੁਰਗ ਤੌਰ 'ਤੇ ਵੱਡੇ ਉਹਨਾਂ ਦੇ ਘਰ ਵੀ ਗਏ ਸੀਗੇ ਜੀ, ਉਹ ਕੰਪਰੋਮਾਈਜ਼ ਨਹੀਂ ਹੋਇਆ ਜੀ, ਉਹਨਾਂ ਨੂੰ ਕੁਛ ਏਜੰਸੀਆਂ ਨਹੀਂ ਕਰਨ ਦਿੰਦੀਆਂ ਜੀ ਉਹਨਾਂ ਨੂੰ, ਅਤੇ ਭੈਣ ਜੀ ਦਾ ਹੁਣ ਫਰਜ਼ ਬਣਦਾ ਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ। ਵੱਡੇ ਸੀ ਪਹਿਲਾਂ ਉਹਨਾਂ ਦਾ ਵੀ ਸਾਥ ਦਿੱਤਾ ਪੰਥ ਨੇ ਉਹਨਾਂ ਨੂੰ, ਅਤੇ ਐਮ ਪੀ ਜਿੱਦਾ ਕੇ ਭੇਜਿਆ ਸੀਗਾ ਜੀ, ਇਹ ਕਾਰਨ ਕੋਈ ਜਿੱਤ ਹਰ ਪਾਰਟੀ ਤਾਂ ਵੀ ਬਣ ਨਹੀਂ ਰਹੀ ਜੀ। ਐਤਕੀ ਮੌਕਾ ਸੀ ਉਹਨੂੰ ਭੈਣ ਜੀ ਨੂੰ ਸਾਥ ਦੇਣਾ ਚਾਹੀਦਾ ਜੀ, ਪਰ ਮਹਾਰਾਜ ਕਿਰਪਾ ਕਰਨ ਜੀ ਜਿੱਤ ਸਾਡੀ ਹੋਊਗੀ ਜੀ। ਇੱਕ ਰੀਜ਼ਨ ਇਹ ਵੀ ਹੈ ਜੀ, ਜਿਹੜੀ ਭੈਣ ਜੀ ਆ ਉਹ ਚੋਣ ਕੋਈ ਲੀਡਰੀ ਲਈ ਨਹੀਂ ਲੜ ਰਹੇ ਜੀ, ਉਹ ਆਪਦੇ ਪਰਿਵਾਰ ਲਈ ਲੜ ਰਹੇ ਆ, ਵੀ ਉਹਨਾਂ ਦਾ ਵੀ ਪਰਿਵਾਰ ਭੈਣ ਭਾਈ ਆਪਦੇ ਅਹੁਦੇ 'ਚ ਆਉਣ ਜੀ, ਉਹ ਵੀ ਆਪਦੇ ਆਪਣੇ ਵਾਂਗੂ ਬਹਿ ਕੇ ਘਰ ਗੱਲਾਂ ਬਾਤਾਂ ਕਰਨ ਜੀ। 32-32 ਸਾਲ ਹੋ ਗਏ, 28-28 ਸਾਲ ਜੀ ਬਿਨਾਂ ਕਾਰਨ ਜੀ ਅੰਦਰ ਬੈਠਿਆ, ਉਹ ਉਹਨਾਂ ਦਾ ਵੀ ਜੀ ਕਰਦਾ, ਆਪਾਂ ਵੀ ਬਹਿੰਦੇ ਆਪਦੇ ਭੈਣ ਭਰਾ ਮੱਚ ਜੀ। ਉਹਨਾਂ ਦਾ ਕੋਈ ਮਕਸਦ ਨਹੀਂ ਵੀ ਕੋਈ ਮੈਂ ਚੋਣ ਜਾ ਕੇ ਕੋਈ ਪਬਲਿਸਿਟੀ ਪ੍ਰਸਿੱਧ ਕਰਾਂ ਜੀ, ਕੋਈ ਆਪਦਾ ਨਾਂ ਉੱਚਾ ਕਰਨ ਲਈ, ਉਹ ਮਾਸੂਮ ਜੇ ਭੋਲੇ ਭਾਲੇ ਆ ਜੀ, ਉਹ ਤਾਂ ਬੰਦੀ ਸਿੰਘਾਂ ਦੇ ਲਈ ਕਰ ਰਹੇ ਜੀ। ਅਸੀਂ ਵੀ ਸੋਚ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਖੜ੍ਹਾ ਜੀ, ਧੰਨਵਾਦ ਜੀ। ਉਹਨਾਂ ਦੇ ਟੇਬਲ 'ਤੇ ਕੇਜਰੀਵਾਲ ਸਾਹਿਬ ਦੇ ਦਿੱਲੀ 'ਤੇ ਜੀ ਇੱਕ ਫਾਈਲ ਪਈ ਹੈ ਜੀ, ਉਹ 'ਤੇ ਇੱਕ ਸਿਗਨੇਚਰ ਦੇ ਨਾਲ ਸਰਦਾਰ ਪ੍ਰੋਫੈਸਰ ਭੁੱਲਰ ਸਾਹਿਬ ਬਾਹਰ ਆ ਸਕਦੇ ਜੀ, ਅਤੇ ਉਹ ਇਹ ਕੰਮ ਕਰਨ ਜੀ, ਫਿਰ ਇਹਨਾਂ ਨੂੰ ਚੋਣਾਂ 'ਚ ਲੜਨ ਦਾ ਕੀ ਫਾਇਦਾ ਸੀਗਾ ਜੀ, ਹੈ ਨਾ? ਇਹ ਨਾ ਲੜਦੇ ਭੈਣ ਜੀ, ਹੁਣ ਇਹੀ ਰੀਜ਼ਨ ਹੈ ਜੀ ਵੀ ਇਹਨਾਂ ਨੂੰ ਮਜਬੂਰਨ ਉਹਨਾਂ ਦੇ ਹੱਕ ਦੀ ਆਵਾਜ਼ ਉੱਚੀ ਕਰਨ ਲਈ ਇਹਨਾਂ ਨੂੰ ਚੋਣ ਮੈਦਾਨ 'ਚ ਆਉਣਾ ਪਿਆ ਜੀ। ਇਹ ਤਾਂ ਨਾ ਕਰਦੇ ਸੀ, ਇਹ ਤਾਂ ਅਕਾਲ ਤਖਤ ਸਾਹਿਬ ਨੇ ਹੁਕਮ ਕਰਿਆ ਜੀ, ਸਾਡੇ ਲਈ ਸਰਵਉੱਚ ਅਦਾਲਤ ਆ ਜੀ, ਉਹ ਸਾਨੂੰ ਉਹਨਾਂ ਦਾ ਧਰਮ ਦਾ ਸਤਿਕਾਰ ਕਰਦੇ ਹੋਏ ਹੁਕਮ ਮੰਨਣਾ ਪੈਂਦਾ ਜੀ, ਹਰ ਗੁਰਸਿੱਖ ਨੂੰ ਮੰਨਣਾ ਚਾਹੀਦਾ ਜੀ। ਦੇਖੋ ਜੀ, ਜੇ ਉਹਨਾਂ ਨੇ ਕੋਈ ਗੁਨਾਹ ਕਰਿਆ ਕਾਨੂੰਨ ਮੁਤਾਬਕ, ਉਦੋਂ ਸਰੇਕ ਦਾ ਹਿਰਦੇ ਬਲੂੰਦਰੇ ਗਏ ਸੀ, ਸਭ ਨੌਜਵਾਨ ਭੱਜਦੇ ਸੀ ਇਸ ਗੱਲ ਨੂੰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਨੇ ਦੇ ਕੋਈ ਗੁਨਾਹ ਕਰਿਆ ਜੀ, ਉਹਨਾਂ ਨੂੰ ਅਦਾਲਤ ਨੇ ਸਜ਼ਾ ਦਿੱਤੀ, ਸਜ਼ਾ ਦੇਣ ਦੇ ਬਾਵਜੂਦ ਵੀ ਉਹ ਬਿਨਾਂ ਕਾਰਨ ਜੀ ਅੱਜ ਵੀ ਅੰਦਰ ਹੈ ਜੀ।